ਇਹ ਸਾਨੂੰ ਗੁਪਤ ਸੂਚਨਾ 'ਤੇ ਪਤਾ ਲੱਗਿਆ ਕਿ ਰਾਤ ਇਹਨਾਂ ਵੱਲੋਂ ਸਰਕਾਰੀ ਜੰਗਲ ਮਹਤਾਬਪੁਰ ਵਿੱਚੋਂ ਸਰਕਾਰੀ ਦਰਖਤ ਕੱਟ ਕੇ ਗੱਡੀਆਂ 'ਤੇ ਲੋਡ ਕਰਕੇ ਲਿਆ ਕੇ ਵੇਚਣ ਨੂੰ ਜਾ ਰਹੇ ਨੇ। ਅਸੀਂ ਫਿਰ ਸਾਰੇ ਸਟਾਫ ਦੀ ਮਦਦ ਦੇ ਨਾਲ ਨਾਕੇ ਲਾਏ ਰਸਤਿਆਂ ਦੇ ਵਿੱਚ, ਰਸਤਿਆਂ 'ਚ ਨਾਕੇ ਲਾਉਣ ਉਪਰੰਤ ਜਦੋਂ ਇਹ ਗੁਰਦਾਸਪੁਰ ਬਾਈਪਾਸ ਨੂੰ ਗੱਡੀਆਂ ਆਉਂਦੀਆਂ ਸੀ ਤਾਂ ਅਸੀਂ ਉੱਥੇ ਰਸਤੇ 'ਚ ਘੇਰਿਆ ਅਤੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ। ਪੁੱਛ ਪੜਤਾਲ ਕਰਨ ਉਪਰੰਤ ਇਹਨਾਂ ਨੇ ਸਾਨੂੰ ਦੱਸਿਆ ਵੀ ਇਹ ਲੱਕੜ ਜਿਹੜੀ ਅਸੀਂ ਸਰਕਾਰੀ ਜੰਗਲ ਮਹਤਾਬਪੁਰ ਵਿੱਚੋਂ ਅਸੀਂ ਕੱਟ ਕੇ ਲਿਆਂਦੀ ਆ ਅਤੇ ਇਹ ਵੇਚਣ ਜਾ ਰਹੇ ਹਾਂ। ਜਦੋਂ ਇਹਨਾਂ ਨੂੰ ਅਸੀਂ ਰੋਕਿਆ, ਇਹਨਾਂ ਨੇ ਸਾਡੇ ਨਾਲ ਝਗੜਾ ਵੀ ਕੀਤਾ, ਹੱਥੋਬਾਈ ਵੀ ਕੀਤੀ ਅਤੇ ਇਹਨਾਂ ਦੇ ਨਾਲ ਦੇ ਦੋ ਬੰਦੇ ਜਿਹੜੇ ਦੌੜ ਵੀ ਗਏ ਅਤੇ ਉਹਦੇ ਅਫੜਾ ਦਫੜੀ ਦੇ ਵਿੱਚੋਂ ਇਹ ਸਾਰੀ ਸਰਕਾਰੀ ਲੱਕੜ ਵੱਢ ਕੇ ਜਿਹੜੀ ਹੈ ਵੇਚੀ ਜਾ ਰਹੀ। ਕਿੰਨੇ ਕੁ ਬੂਟੇ ਸੀ ਸਰ? ਇਹ ਤਾਂ ਜਾ ਕੇ ਦੇਖਾਂਗੇ ਨਾ ਜੀ ਉੱਥੇ ਮੌਕੇ ਤੇ। ਕਿੰਨੇ ਦਾ ਮਾਲ, ਕਿੰਨੀ ਗੱਡੀਆਂ ਮਾਲ ਸੀ? ਇਹ ਦੋ ਗੱਡੀਆਂ ਮਾਲ ਆ ਜੀ। ਇੱਕ ਗੱਡੀ ਦੇ ਵਿੱਚ ਪਾਪੂਲਰ ਲੱਦਿਆ ਹੋਇਆ ਜੀ, ਇੱਕ 'ਚ ਸਪਾਈਡਰ ਲੱਦਿਆ ਹੈ। ਅਪਰੋਕਸੀਮੇਟਲੀ ਕਿੱਦਾਂ ਇੱਦਾਂ ਹੁਣ? ਕਿੰਨੇ ਬੰਦੇ ਸੀ ਸਾਰੇ? ਟੋਟਲ 4 ਬੰਦੇ ਸੀ। ਕਿੰਨੇ ਕਾਬੂ ਕਰ ਲਏ? ਦੋ ਕਾਬੂ ਕਰ ਲਏ। ਇਹ ਕਿਸਾਨੀ ਝੰਡੇ ਦੀ ਆੜ ਦੇ ਥੱਲੇ ਜਿਹੜਾ ਸਾਰਾ ਕੰਮ ਕਰ ਰਹੇ। ਦੋਨਾਂ ਗੱਡੀਆਂ ਨੂੰ ਗਰਾਹਾਂ ਦੇ ਜਿਹੜੇ ਆ ਉਹ ਝੰਡੇ ਲੱਗੇ ਹੋਏ ਆ, ਨਜਾਇਜ਼ ਕਟਾਈ ਕਰਕੇ ਝੰਡਿਆਂ ਦਾ ਆਸਰਾ ਲੈ ਕੇ ਕਿਸਾਨੀ ਦੀ ਆੜ ਦੇ ਵਿੱਚ ਵੇਖੋ ਸਰੀਆਂ ਵੀ ਚੋਰੀ ਕਰ ਰਹੇ। ਇਹ ਰਸਤੇ ਬੰਦ ਕਰ ਦਿੰਦੇ ਨੇ, ਜਾ ਕੇ ਧਰਨੇ ਲਾ ਦਿੰਦੇ ਨੇ, ਮੁਲਾਜ਼ਮਾਂ ਉੱਤੇ ਚੜ ਕੇ ਦਫ਼ਤਰ ਬੰਦ ਕਰ ਦੇਣਗੇ ਜੀ ਉਹਨਾਂ ਨੂੰ ਕਰਕੇ। ਸਰਕਾਰੀ ਜੰਗਲ ਮਹਤਾਬਪੁਰ ਵਿੱਚ ਇਹਨਾਂ ਨੂੰ ਘੱਟ ਤੋਂ ਘੱਟ ਅੱਜ 6 ਮਹੀਨੇ ਹੋ ਗਏ ਇਹ ਕੰਮ ਕਰਦੇ ਹਨ। ਪਹਿਲਾਂ ਇਹਨਾਂ ਨੇ ਪਲਾਂਟੇਸ਼ਨਾਂ ਵੱਢ ਕੇ 120 ਏਕੜ ਦੇ ਕਰੀਬ ਜਿਹੜਾ ਉਹ ਜੰਗਲ ਨੂੰ ਨੁਕਸਾਨ ਕਰ। ਇਹ ਸਰ ਮਹਿਤਾਬਪੁਰ ਦਾ ਰਕਬਾ ਮੁਕੇਰੀਆਂ ਦੇ ਥਾਣੇ ਦੇ ਅੰਡਰ ਆਉਂਦਾ, ਜਗਤਪੁਰ ਕਲਾਂ ਦੇ ਵਿੱਚ ਹੈ। ਮੈਂ ਜ਼ਮੀਨ ਬਚਾਓ ਕਮੇਟੀ ਦਾ ਪ੍ਰਧਾਨ ਹਾਂ ਜੀ। ਉੱਥੇ 2017-18 ਦੇ ਵਿੱਚ ਇਹਨਾਂ ਆਬਾਦ ਘਰਾਂ ਦੇ ਕੋਈ 50-50 ਘਰ ਹੈਗੇ ਆ। ਉਹਨਾਂ ਦੀ ਜ਼ਮੀਨ ਜੰਗਲਾਤ ਮਹਿਕਮੇ ਵੱਲੋਂ ਜਾਂ ਸਰਕਾਰ ਦੇ ਪ੍ਰੈਸ਼ਰ ਵੱਲੋਂ 2-2.5 ਕਿੱਲਿਆਂ ਵਾਲੇ ਕਿਸਾਨਾਂ ਤੋਂ ਵਾਲੀ ਸੀ। ਖੜੀ ਫਸਲ ਵੀ ਪਾਈ ਉਹਨਾਂ ਦੀ, ਇਹਨਾਂ ਨੇ ਜੋ ਵੀ ਸੀਗਾ ਚੱਲਿਆ। ਹੁਣ ਇਹ ਜਥੇਬੰਦੀ ਦੇ ਵਿੱਚ ਆਏ ਸੀਗੇ, ਜਥੇਬੰਦੀ ਵਾਲਿਆਂ ਨੇ ਪੂਰਾ ਵੇਰਵਾ ਪੂਰਾ ਚੈੱਕ ਕੀਤਾ ਅਤੇ ਉਹਦੇ ਆਧਾਰ 'ਤੇ ਇਹਨਾਂ ਨੂੰ ਅਸੀਂ ਜ਼ਮੀਨ ਵਹਾਤੀ ਸੀਗੀ 104 ਕਿੱਲੇ 'ਤੇ। ਤਕਰੀਬਨ 2.5-2.5 ਕਿੱਲਿਆਂ ਹਿਸਾਬ ਨਾਲ 128-129 ਕਿੱਲੇ ਬਣਦੇ ਆ। ਇਹ ਜਿਹੜੇ ਪਾਪੂਲਰ ਜਾਂ ਇਹਨਾਂ ਦੇ ਦਰਖਤ ਲੱਗੇ ਸੀ ਉਸ ਜ਼ਮੀਨ ਦੇ ਅੰਡਰ ਆਏ ਆ, ਜਿੱਥੇ ਅਸੀਂ ਕਣਕ ਬੀਜ ਚੁੱਕੇ ਹਾਂ, ਕਣਕ ਹੋ ਰਹੀ ਹੈ। ਜਥੇਬੰਦੀ ਨੇ ਕਣਕ ਵਹਾਈ ਹੈ ਸੀ, ਇਹਨਾਂ ਨੂੰ 52 ਘਰ ਹੈਗੇ ਆ ਬਾਦਗਾਨਾ ਦੇ। ਇਹਨਾਂ ਨੇ 1960 ਜਦੋਂ ਸਰਕਾਰਾਂ ਨੇ ਐਲਾਨ ਕੀਤਾ ਨਾ ਜੀ, ਕਾਈ ਕਾਨਾ ਪੁੱਟ ਕੇ ਨਾਲੇ ਦੇਸ਼ ਦਾ ਢਿੱਡ ਭਰੋ ਨਾਲੇ ਸਾਡਾ ਢਿੱਡ ਭਰੋ, ਆਪਦਾ ਢਿੱਡ ਭਰੋ ਦੇਸ਼ ਦਾ ਢਿੱਡ ਭਰੋ। ਉਸ ਤੋਂ ਬਾਅਦ ਕੀ ਹੁੰਦਾ ਸਰਕਾਰਾਂ ਦੇ ਧੱਕੇ ਤੁਹਾਨੂੰ ਪਤਾ ਹੀ ਹੈ ਚੱਲਦੀ ਹੈ। ਜੰਗਲਾਤ ਵਾਲਾ ਮੈਂ ਕਹਿੰਦਾ ਜ਼ਮੀਨ ਸਾਡੀ ਆ, ਤੁਸੀਂ ਇਹ ਸਰ ਪ੍ਰੋਸੀਜਰ ਚੱਲ ਰਿਹਾ ਇਹਦੇ ਹੁਸ਼ਿਆਰਪੁਰ ਡੀ ਸੀ। ਤੁਸੀਂ ਲੱਕੜ ਕਿਉਂ ਵੱਢ ਰਹੇ ਹੋ ਜੇ ਪ੍ਰੋਸੀਜਰ ਸਰਕਾਰ ਦਾ ਕੀ ਚੱਲ ਰਿਹਾ? ਹਾਂਜੀ, ਤੁਸੀਂ ਫਿਰ ਲੱਕੜ ਕਿਉਂ ਵੱਢ ਰਹੇ ਹੋ? ਸਰ ਇਹਨਾਂ ਦੇ ਲਾਏ ਹੋਏ ਹੀ ਹੈ ਬੂਟੇ, ਜਿਹੜੇ ਉੱਥੇ ਆਏ ਉਹ ਰਸਤੇ ਜਿਹੜੇ ਅੜਦੇ ਉੱਤੇ ਸੀ ਉਹ ਵੱਢ ਰਹੇ ਹਨ। ਮੈਂ ਦੱਸਦਾ ਸਰ, ਜਿਹੜੇ ਰਸਤੇ ਦੇ ਜਿਵੇਂ ਟਰੈਕਟਰ ਨਹੀਂ ਲੰਘਦਾ ਉਹਨੂੰ ਵੱਟਾਂ ਸਿੱਧੀਆਂ ਕਰਨ ਵਾਸਤੇ ਇਹ ਬੂਟੇ ਇਹਨਾਂ ਦੇ ਵੱਢੇ ਗਏ ਆ। ਨਹੀਂ ਨਹੀਂ ਵੇਚ ਕੇ, ਇਹ ਮੈਂ ਦੱਸਦਾ ਕਿਸਾਨੀ ਝੰਡੇ ਇਹਨਾਂ ਨੇ ਲਾਏ ਆ ਉਹ ਇਹਨਾਂ ਦੀ ਗਲਤੀ ਆ, ਅਸੀਂ ਮੰਨਦੇ ਹਾਂ। ਮੈਂ ਜਿੱਥੇ ਮੈਂ ਜ਼ਮੀਨ ਬਚਾਓ ਕਮੇਟੀ ਦਾ ਪ੍ਰਧਾਨ ਹਾਂ, ਉੱਥੇ ਜਿਹੜੀ ਕਮੇਟੀ ਦੇ ਆਧਾਰ 'ਤੇ ਉਹਨਾਂ ਨੇ ਬਾਕੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਸੀ ਬੀਕੇ ਯੂ ਗ੍ਰਾਂ ਨੇ। ਜਦੋਂ ਜ਼ਮੀਨ ਡਿਸਾਈਡ ਨਹੀਂ ਹੋ ਪਾਈ ਜੰਗਲਾਤ ਦੀ ਸਰਕਾਰ ਦੀ, ਫਿਰ ਤੁਸੀਂ ਸਰ ਚੱਲ ਰਿਹਾ ਪ੍ਰੋਸੀਜਰ, ਅਸੀਂ ਕਣਕ ਵਢਾਈਏ ਤੁਹਾਨੂੰ ਪਤਾ ਸਰਕਾਰ ਦਾ ਧੱਕਾ ਤਾਂ ਚੱਲੀ ਜਾਣਾ। ਵੇਟ ਕਰੋ ਨਾ ਥੋੜ੍ਹਾ, ਕਿਉਂ ਵੇਟ ਕਰ ਰਹੇ ਹਾਂ ਸਰ? ਇਹਨਾਂ ਦੇ ਗਰੀਬ ਘਰ ਆ, 6 ਮਹੀਨੇ ਤੋਂ ਨਹੀਂ ਸਾਲ ਤੋਂ, ਇੱਕ ਸਾਲ ਤੋਂ ਇਹ ਰੈਗੂਲਰ ਧਰਨਾ ਚੱਲ ਰਿਹਾ ਉੱਥੇ ਉਸ ਜਗ੍ਹਾ 'ਤੇ ਜਿੱਥੇ ਬੈਠੇ ਹੈ। ਅਤੇ ਦਿਹਾੜੀਦਾਰ ਬੰਦੇ ਗਏ ਨਹੀਂ, ਇਹੀ ਲੱਕੜ ਦਾ ਇਹਨਾਂ ਦੀ ਕਣਕ ਦੀ ਬਿਜਾਈ ਹੋ ਰਹੀ, ਉੱਥੇ ਤੇਲ ਪੈ ਰਿਹਾ, ਡੀਜ਼ਲ ਜੋ ਵੀ ਖਰਚਾ ਹੁੰਦਾ ਇਹਨਾਂ ਕੋਲ, ਗਰੀਬਾਂ ਕੋਲ ਕਿੱਥੇ? ਇਹ ਕਹਿੰਦੇ ਸਾਡੇ ਬੂਟੇ ਆ ਵੇਚ ਦਿਓ ਤੁਸੀਂ, ਉਹ ਹੈ ਫਸਟ ਟਾਈਮ। ਕਿੰਨੇ ਸਾਲ ਦਰਖਤ ਹੋਣਗੇ? ਕਿੰਨੇ ਬੂਟੇ ਵੱਡੇ? ਨੀਅਰ ਅਬਾਊਟ 5-6 ਸਾਲ ਦੇ। 5 ਸਾਲ ਦੇ ਹੋ ਜਾਂਦੇ ਸਰ, ਇਹਨਾਂ ਦੇ ਕਹਿਣ ਮੁਤਾਬਕ ਹੈ ਜਿਹੜੇ ਇਹਨਾਂ ਦੇ ਕਿਹਾ। ਹਾਂਜੀ, ਮੈਨੂੰ ਉਸ ਬਾਰੇ ਕੋਈ ਨੌਲੇਜ ਨਹੀਂ ਜੀ।